और इस करके शायद किसी रजेमे के कारण जड़ा है मीटिंग रद्द हुई है। अदरवाइज जी स्पैशल गोदावरी और गोदावरी का काम चलता पाया मानयोग मुख्यमंत्री भगवंत मान जी ने तो जो पहला गड़ेमारी हो गई सी फजिलका बैल्ट या उस बैल्ट दे भी सारी मालवे दे विच उदों ही सारे ऑर्डर कर दिता सी डिप्टी कमिश्नर नूं और डिपार्टमेंट नूं सारे नूं साडे नूं भी जल्द तो जल्द रिपोर्ट। उस तों बाद असीं देखिया होर बारिशां भी नाल होईआं। उस तों बाद फिर उन्होंने अनाउंस कर दिता सी वी असीं इन्हां नूं विसाखी तों पहला पहला राहत पहुंचाउण दी कोशिश करांगे। उदे सारे डिप्टी कमिश्नर निर्देश सीगे एमएलए साहिबान जिन्ने भी है खुद मौके ते अपने हल्कियां च गए सारे ने ड्यूटी लगी साडे सारे एमएलए दी और सारे ने जाके देखिया भी अपने हल्के दे हालात की है और उदे मुताबिक सारे डिप्टी कमिश्नर नूं टीचा दिता गया भी 13 तो 14 तरीक तक आपां उन्हां नूं जिहड़ा राहत देण दी कोशिश कर रहे हां। और मैं कह सकदा इस गोदावरी दे विच तकरीबन 60% दे करीब असीं काम पूरा कर लिया क्योंकि मुख्यमंत्री जी भगवंत मान जी आप इस चीज की निगरानी मोनिटर कर रहे हैं साढ़े बह के साढ़े को रिपोर्ट ला रहे हैं डिप्टी कमिश्नर को ला रहे हैं एफसीआर साहब हर वेले अटैच होकर रिपोर्ट दे रहे हैं और उन्होंने विशेष कि किसी एमरजेंसी किसी डिप्टी कमिश्नर अगर कोई राहत राशि जारी करनी पैंदी है उन्होंने तकरीबन 50-50 लाख रुपया हरेक डिस्ट्रिक्ट हैडक्वार्टर के डिप्टी कमिश्नर के खाते च स्पैशली पाया कि बहुत एमरजेंसी राशि जी है ਆਪਾਂ ਉਹਦੇ ਖਾਤੇ ਚ ਪਾ ਸਕੀਏ ਫਾਰਮਰਸ ਦੇ ਖਾਤੇ ਚ। ਔਰ ਮੈਂ ਇੱਕ ਤੁਹਾਨੂੰ ਇਸ ਗੱਲ ਦੱਸਣੀ ਚਾਹੁੰਦਾ ਇਹਦੇ ਵਿੱਚ ਵੀ ਦੇਖੋ ਅੱਜ ਕੋਈ ਬੰਦਾ ਕੋਈ ਵੀ ਕੁਐਸਚਨ ਕਰੇ ਕੋਈ ਗੱਲ ਕਰੇ ਕਦੀ ਕਿਸੇ ਨੇ ਆ ਕੇ ਦੇਖਿਆ ਵੀ 2019-20 ਦੇ ਪੈਸੇ ਜਿਹੜੇ ਸੀਗੇ ਤਕਰੀਬਨ 125 ਕਰੋੜ ਰੁਪਏ ਦੇ ਲਗਭਗ ਰਾਸ਼ੀ ਸੀਗੀ ਉਸ ਵੇਲੇ ਦੀ ਕਿਸ ਸਰਕਾਰ ਨੇ ਜਾਰੀ ਕੀਤੀ ਕਿਸ ਸੀਐਮ ਨੇ ਜਾਰੀ ਕੀਤੀ। ਅੱਜ ਕੋਈ ਬੰਦਾ ਕੋਈ ਕੁਐਸਚਨ ਕਰਦਾ ਕੋਈ ਗੱਲ ਕਰਦਾ ਇਹ ਤਾਂ ਰਾਜਨੀਤਿਕ ਗੱਲਾਂ ਨਹੀਂ ਹੈ ਕੰਮ ਕਰਕੇ ਦਿਖਾਇਆ ਸੀਐਮ ਸਾਹਿਬ ਨੇ मान साहब ने भगवंत मान जी ने उस राशि लोगों अपने हाथ ने जाके इलाके दिता और लोग तो त्रस्त बैठे थे उस वेले देखो फजिलका लोगों के डिगे मकाना की राशि दी जाके सरकार ने उस वेले 19-20 कितने सुती पई पार्टियां जी ने बाई तक राज किया। सो मेरे कहने का मतलब है बिल्कुल निश्चिंत रहियो जो सीएम साहब ने कहा सारी एडमिनिस्ट्रेशन ਉਹਨੂੰ ਬੜੀ ਚਾਕ ਚੌਬੰਦ ਹੋ ਕੇ ਲੱਗੀ ਉਹਦੇ ਵਿੱਚ ਦੇਖੋ ਉਹਦੇ ਲਈ ਫਿਗਰ ਜਿਹੜੀ ਹਾਲ ਤੱਕ ਆਪਾਂ ਨਹੀਂ ਪੂਰੀ ਤੁਹਾਨੂੰ ਦੱਸਾਂਗੇ ਤੁਹਾਨੂੰ ਜਦੋਂ ਆ ਜਾਣੀ ਇੱਕ ਦਿਨ ਚ ਫਿਗਰ ਆ ਜਾਏਗੀ ਸਾਡੇ ਕੋਲ ਉਹ ਤੁਹਾਨੂੰ ਜਾਰੀ ਕਰ ਦੇਵਾਂਗੇ। ਬਟ ਉਹਦੇ ਵਿੱਚ ਮੈਂ ਕਹਿ ਸਕਦਾ ਵੀ ਜਿੰਨਾ ਗੋਦਾਵਰੀ ਦਾ ਕੰਮ ਲੱਗਿਓ ਹੈ ਉਹ ਤੋਂ 60% ਤੱਕ ਅਸੀਂ ਕੰਮ ਪੂਰਾ ਕਰ ਲਿਆ। ਬਾਰ ਬਾਰ ਦੱਸਦੇ ਨਾ ਇਹ ਫਿਗਰ ਦੱਸਾਂ ਇਹਦਾ ਮਤਲਬ ਹੈ ਆਪਾਂ ਨੂੰ ਹੋਰ ਇੱਕ ਦੋ ਦਿਨ ਦੇ ਵਿੱਚ ਅੱਜ 6 ਤਰੀਕ ਹੈ 9-10 ਤਰੀਕ ਤੱਕ ਸਰਗਰ ਐਗਜ਼ੈਕਟ ਫਿਗਰਾਂ ਕਾਫੀ ਹੱਦ ਤੱਕ ਨੇੜੇ ਆ ਜਾਣਗੇ। ਕਿੰਨਾ ਫੰਡ ਦਿੱਤਾ ਜਾ ਸਕਦਾ ਹੈ ਗੋਦਾਵਰੀ ਦੀ ਕਿੰਨਾ ਖਰਚਾ ਹੈਗਾ ਜਿਹੜਾ ਹੋ ਸਕਦਾ ਸੰਭਾਵਨਾ ਕੀ ਹੈ? ਦੇਖੋ ਜੀ ਅਗਰ ਸੀਐਮ ਸਾਹਿਬ ਨੇ ਕਿਹਾ ਸੰਭਾਵਨਾ ਜਿਹੜੀ ਹੈਗੀ ਆ ਉਹਨੂੰ ਪੂਰਾ ਕਰਾਂਗੇ। ਗੱਲ ਇਹ ਹੈ ਵੀ ਜਿਹੜਾ ਸਾਡੇ ਸਾਹਮਣੇ ਡਾਟਾ ਆਊਗਾ ਜਿਨ੍ਹਾਂ ਦੇ ਜਿਹੜੇ ਅਫੈਕਟਡ ਜਿੰਨੇ ਕਿਸਾਨ ਹੋਊਗੇ ਉਹਨਾਂ ਨੂੰ ਰਾਸ਼ੀ ਜਿਹੜੀ ਹੈ ਜ਼ਰੂਰ ਦੇਵਾਂਗੇ। ਨੈਕਸਟ ਮੀਟਿੰਗ ਕਦੋਂ ਹੋਣੀ? ਨੈਕਸਟ ਮੀਟਿੰਗ ਸੀਐਮ ਸਾਹਿਬ ਦੇ ਦੇਖੋ ਉਹਨਾਂ ਦੇ ਡਿਪੈਂਡ ਕਰਦਾ ਸਾਨੂੰ ਸਿੱਧੂਗੜ ਡਿਪਾਰਟਮੈਂਟ ਦਾ ਹਰ ਵੇਲੇ ਐਗਰੀ ਹੈ ਰਾਜੀ ਆ ਹਰ ਵੇਲੇ ਪਹੁੰਚੂਗਾ ਉੱਥੇ ਇੱਥੇ ਵੇਟ ਕਰਦੇ ਪਏ ਸੀ। ਅੱਜ ਐਪਲੀਕੇਸ਼ਨ ਲਾਇਆ ਜਾ ਰਿਹਾ ਕਹਿੰਦੇ ਵੀ ਪਟਵਾਰੀ ਪੰਜਾਬ ਦੇ ਵਿੱਚ ਇੰਨੇ ਨਹੀਂ ਹੈਗੇ ਇਕੱਲੇ ਇਕੱਲੇ ਮਤਲਬ ਪਿੰਡ ਚ ਜਾ ਕੇ ਗਿਰਦਾਵਰੀ ਕਰਨੀ ਔਖੀ ਨਹੀਂ ਹੋ ਜੂਗੀ ਇੰਨੇ ਸ਼ਾਰਟ ਟਾਈਮ ਦੇ ਵਿੱਚ? ਇਸੇ ਕਰਕੇ ਜਿਹੜਾ ਹੈਗਾ ਪਟਵਾਰੀ ਅਗਰ ਪਟਵਾਰੀਆਂ ਦਾ ਕੁਐਸਚਨ ਆਉਂਦਾ ਇਹਨਾਂ ਦੀਆਂ 25-25-30 ਸਾਲ ਦੀਆਂ ਨਲਾਇਕੀਆਂ ਇਹਨਾਂ ਦੀਆਂ ਤਕਰੀਬਨ 1090 ਪਟਵਾਰੀ ਅਸੀਂ ਭਰਤੀ ਕੀਤੇ ਸੀ ਉਹ ਸਾਡੇ ਕੋਲ ਹੋਰ 10-15 ਦਿਨ ਨੂੰ ਆ ਜਾਣੇ ਆ ਉਹਨਾਂ ਨੇ ਜੁਆਇਨ ਕਰ ਲੈਣਾ ਕਾਫੀ ਰਾਹਤ ਮਿਲਣੀ ਹੈ। ਅਸੀਂ ਰਿਟਾਇਰਡ ਪਟਵਾਰੀ ਕਿਉਂ ਰੱਖੇ ਬੜਾ ਰੌਲਾ ਪਾਇਆ ਸੀ ਇਹਨਾਂ ਨੇ ਵੀ ਰਿਟਾਇਰਡ ਰੱਖ ਲਿਆ ਜੀ ਕਿੱਦਾਂ ਇੰਪਲਾਇਮੈਂਟ ਜੀ ਫਲਾਣਾ ਜੀ ਤੁਸੀਂ 65 ਤੋਂ 67 ਸਾਲ ਉਮਰ ਕਰਤੀ ਉਹ ਕਿਉਂ ਦਿੱਤੇ ਲੋਕਾਂ ਨੂੰ ਰਾਹਤ 1 ਸਾਲ ਹੀ ਰੱਖੀ ਸੀ ਸਿਰਫ ਵੀ ਤਾਂ ਕਿ ਫੌਰੀ ਜਿਹੜੇ ਡਿਪਾਰਟਮੈਂਟ ਦੇ ਕੰਮ ਨਾ ਰੁਕਣ ਜਿਹੜੇ ਮਸਲੇ ਹੈਗੇ ਉਹ ਹੱਲ ਹੋਣ ਲੋਕਾਂ ਦੇ ਤਹਿਸੀਲਾਂ ਦੇ। ਲੇਕਿਨ ਇਹਦੇ ਵਿੱਚ ਵੀ ਪਟਵਾਰੀਆਂ ਕੋਲ ਆਪਾਂ ਡਿਪਟੀ ਕਮਿਸ਼ਨਰ ਸਪੈਸ਼ਲ ਲੈਵਲ ਤੇ ਉਹਨਾਂ ਕੋਲ ਡਿਊਟੀ ਲੈ ਰਹੇ ਆ ਉਹਨਾਂ ਕੋਲ ਜਿਹਦਾ ਜ਼ਿਆਦਾ ਆਪਾਂ ਕਹਿ ਰਹੇ ਮੈਂ ਭਾਈ ਵੱਧ ਤੋਂ ਵੱਧ ਜਿਹੜੇ ਕੰਮ ਕਰੋ ਆਪਣਾ ਟਾਈਮ ਦਿਓ ਤੇ ਇਸ ਕਰਕੇ ਅਸੀਂ ਪੂਰਾ ਕਰਾਂਗੇ। 15,000 ਵੀ ਘੱਟ ਕਿਹਾ ਜਾ ਰਿਹਾ ਕਹਿੰਦੇ ਘੱਟੋ ਘੱਟ 20,000 ਤਾਂ ਸੀਐਮ ਸਾਹਿਬ ਕਹਿੰਦੇ ਸੀ ਪਹਿਲਾਂ। ਦੇਖੋ ਗੱਲ ਪਤਾ ਕੀ ਹੈ 12,000 ਪਹਿਲਾਂ ਸਰਕਾਰਾਂ ਸੀ ਉਹਨੂੰ 15,000 ਕੀਤਾ ਗਿਆ ਔਰ 15,000 ਵੀ ਜਿਹੜਾ ਸੀਗਾ ਦੇਖੋ ਇਹਦੇ ਵਿੱਚ ਇੱਦਾਂ ਹੋਣਾ
ਜਦੋਂ ਕੋਈ ਆਪਾਂ ਨੁਕਸਾਨ ਦੇ ਲਾਉਂਦੇ ਹਾਂ ਅੰਦਾਜ਼ਾ, ਹੁਣ ਕਹਿੰਦੇ ਜੀ ਇਹਨਾਂ ਦਾ ਉਹਦਾ ਫਸਲ ਦਾ ਖਰਚਾ ਹੈ ਜੀ, ਲੇਕਿਨ ਨਹੀਂ 15,000 ਰੁਪਏ ਦਾ ਜਾਇਜ਼ ਉਹਦਾ ਜ਼ਿੰਮੇਦਾਰਾਂ ਨੂੰ ਪਤਾ ਵੀ ਸਾਡੀ ਇੰਨਾ ਭਰਪਾਈ ਹੋ ਜਾਣੀ ਹੈ। ਕੋਈ ਤਾਂ ਜਿਹੜੀਆਂ ਜਥੇਬੰਦੀਆਂ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਦੀਆਂ, ਸਿਰਫ ਉਹਨਾਂ ਦਾ ਰੌਲਾ ਬਾਕੀ ਬੰਦੇ ਸੈੱਟ।